ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੀ ਯੂਟਿਊਬ ਚੈਨਲ ਅਤੇ ਫੇਸਬੁੱਕ 'ਤੇ ਸਵਾਗਤ ਹੈ। ਅੱਜ ਆਪਾਂ ਵੀਡੀਓ ਲੈ ਗਏ ਹਾਂ ਛੋਟੇ ਬੱਚੇ ਪਟਿਆਲੇ ਸ਼ਾਹੀ ਪੱਗ, ਜਿਹੜੀ ਆਪਣੀ ਛੇਵੀਂ ਪਟਿਆਲੇ ਸ਼ਾਹੀ ਪੱਗ ਹੋਊਗੀ, ਜਿਹੜੀ ਕਿਵੇਂ ਬੰਨ ਸਕਦੇ ਹਨ। ਸਭ ਤੋਂ ਜਿਹੜਾ ਆਪਾਂ ਪਹਿਲਾਂ ਲਾਉਣਾ ਸਰਦੇ ਸੈਂਟਰ ਤੋਂ ਲੈ ਕੇ ਲੜ ਨੂੰ ਪੂਣੀ ਲਖਲ ਦਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅਤੇ ਫਿਰ ਚੰਗੀ ਤਰ੍ਹਾਂ ਮੋਟਾਈ ਜਿਹੀ ਕਰਕੇ ਜਿਹੜਾ ਪਲੜ ਨੂੰ ਅਤੇ ਫਿਰ ਅੱਧੀ ਅੱਧੀ ਗੱਲ ਟੱਕ ਜਿਹੜਾ ਪਲੜ ਨੂੰ ਲੋਡ ਕਰਕੇ ਅਤੇ ਸਾਫ਼ ਕਰਕੇ ਅਤੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚੋਂ ਵਾਲ ਜਿਹੜੇ ਆਪਾਂ ਕੱਢ ਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ। ਅਤੇ ਜਿੰਨੀ ਤੁਸੀਂ ਅੱਖ ਕਵਰ ਕਰਨਾ ਚਾਹੁੰਦੇ ਹੋ ਤੁਸੀਂ ਉਨੀ ਉਹਦੀ ਅੱਖ ਕਵਰ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਲੈਣਾ। ਅਗਲਾ ਜਿਹੜਾ ਆਪਾਂ ਲੜ ਲਾਉਣਾ, ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੁੱਲ੍ਹਦਾ ਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲਿਆਂ 'ਚੋਂ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ ਲੈਣਾ, ਦੂਜੇ ਪੱਲੇ ਨੂੰ ਆਪਾਂ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉੱਤੋਂ ਸੈੱਟ ਕਰ ਲੈਣਾ। ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉੱਤੋਂ ਸੈੱਟ ਕਰਕੇ ਅਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ, ਇੱਕ ਵਾਰ ਜਿਹੜਾ ਪਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਸਾਫ਼ ਕਰ ਲੈਣਾ। ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਸਾਫ਼ ਕਰਕੇ ਅਤੇ ਜਿਹਨੂੰ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ ਫਾਸਲਾ ਰੱਖ ਕੇ ਅਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਅਤੇ ਸਾਫ਼ ਕਰਕੇ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਜਿਹੜੇ ਉਸ ਵਿੱਚੋਂ ਬਾਲ ਨੇ ਜਿਹੜੇ ਕੱਢ ਕੇ ਅਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ। ਅਤੇ ਫਿਰ ਬਾਅਦ ਵਿੱਚ ਜਿਹੜੀ ਉਹ ਬਾਲ ਖੇਡ ਕੇ ਉਹਦੀ ਸਫਾਈ ਕਰ ਲੈਣੀ ਆ ਅਤੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ। ਚੰਗੀ ਤਰ੍ਹਾਂ ਪਲੜ ਨੂੰ ਸਾਫ਼ ਕਰਕੇ ਅਤੇ ਲੋਡ ਕਰਕੇ ਅਤੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚੋਂ ਬਾਲ ਜਿਹੜੇ ਆਪਾਂ ਕੱਢ ਲੈਣਾ ਹੈ ਨਾ। ਅਗਲਾ ਜਿਹੜਾ ਪਲੜ ਲਾਉਣਾ, ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਲੋਲ ਦਾ ਹੱਥ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਉਂਗਲੀਆਂ ਜਿਹੜਾ ਪਲੜ ਨੂੰ ਉੱਤੇ ਸੈੱਟ ਕਰਕੇ ਅਤੇ ਲੜ ਨੂੰ ਜ਼ਿਆਦਾ ਚੜਾਈ 'ਚ ਕਰਕੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ। ਫੋਲਡ ਕਰਨ ਤੋਂ ਬਾਅਦ ਜਿਹੜੇ ਉਹਦੇ ਵਾਲ ਹੋਣ ਉਹਨਾਂ ਨੂੰ ਆਪਾਂ ਥੱਲੇ ਵੱਲ ਨੂੰ ਖਿੱਚ ਲੈਣਾ। ਥੱਲੇ ਵੱਲ ਨੂੰ ਖਿੱਚ ਕੇ ਫਿਰ ਉੱਤੋਂ ਜਿਹੜਾ ਪਲੜ ਨੂੰ ਚਾਰ ਉਂਗਲੀਆਂ ਜਿਹੜਾ ਪਲੜ ਨੂੰ ਉੱਤੇ ਸੈੱਟ ਕਰਨਾ ਹੈ। ਫਿਰ ਲੜ ਨੂੰ ਜਿਹੜਾ ਸਾਫ਼ ਕਰਕੇ ਡਬਲ ਫੋਲਡ ਕਰਕੇ ਜਿਹੜਾ ਪਲੜ ਨੂੰ ਅਤੇ ਜਿੰਨੇ ਆਪਾਂ ਪਹਿਲੇ ਦਾ ਫਾਸਲਾ ਰੱਖੇ ਇੰਨਾ ਪਲੜ ਦਾ ਫਾਸਲਾ ਰੱਖ ਕੇ ਆਪਾਂ ਨੂੰ ਲੋਡ ਕਰਕੇ ਲਗਾਉਣਾ ਹੈ। ਫਿਰ ਆਪਾਂ ਅਗਲਾ ਲਗਾਉਣਾ, ਲੜਨ ਲੈ ਤੋਂ ਪਿੰਚ ਕਰਕੇ ਪੂਣੀ ਦਾ ਖੁੱਲ੍ਹਦਾ ਹੱਥ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਉਂਗਲੀਆਂ ਜਿਹੜਾ ਪਲੜ ਨੂੰ ਉੱਤੇ ਸੈੱਟ ਕਰ ਲੈਣਾ। ਚਾਰ ਉਂਗਲੀਆਂ ਜਿਹੜਾ ਪਲੜ ਨੂੰ ਉੱਤੇ ਸੈੱਟ ਕਰਕੇ ਅਤੇ ਲੜ ਨੂੰ ਸਾਫ਼ ਕਰ ਲੈਣਾ। ਲੜ ਨੂੰ ਸਾਫ਼ ਕਰਨ ਤੋਂ ਬਾਅਦ ਅਤੇ ਚੰਗੀ ਤਰ੍ਹਾਂ ਉਹਦੀ ਸੈਟਿੰਗ ਜਿਹੜੀ ਆਪਾਂ ਕਰ ਲੈਣੀ ਆ, ਉੱਤੋਂ ਜਿਹੜਾ ਪਲੜ ਨੂੰ ਦੱਬ ਲੈਣਾ ਹੈ। ਉੱਤੇ ਜਿਹੜਾ ਵੀ ਆਪਾਂ ਫਾਸਲਾ ਉਹ ਵੀ ਜਿਹੜਾ ਆਪਾਂ ਸੈੱਟ ਕਰ ਲੈਣਾ ਹੈ। ਅਤੇ ਫਿਰ ਜਿੰਨਾ ਆਪਾਂ ਪਹਿਲਾਂ ਦਾ ਬਾਂਹ ਰੱਖੇ ਇੰਨਾ ਪਲੜ ਦਾ ਬਾਂਹ ਰੱਖ ਕੇ ਅਤੇ ਲੜ ਨੂੰ ਲੋਡ ਕਰਕੇ ਅਤੇ ਸੈੱਟ ਕਰਕੇ ਲਗਾ ਦੇਣਾ। ਅਤੇ ਨਾਲ ਜਿਹੜਾ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਆ। ਜਿਹੜਾ ਆਪਾਂ ਅਗਲੇ ਲੜ ਲਗਾਉਣਾ, ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਅਹੁਲ ਦਾ ਹੱਥ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲਿਆਂ 'ਚੋਂ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ੍ਹਣਾ, ਦੂਜੇ ਪੱਲੇ ਨੂੰ ਆਪਾਂ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਉਂਗਲੀਆਂ ਜਿਹੜਾ ਪਲੜ ਨੂੰ ਉੱਤੋਂ ਸੈੱਟ ਕਰ ਲੈਣਾ। ਚਾਰ ਉਂਗਲੀਆਂ ਜਿਹੜਾ ਪਲੜ ਨੂੰ ਉੱਤੋਂ ਸੈੱਟ ਕਰਕੇ ਅਤੇ ਲੜ ਨੂੰ ਸਾਫ਼ ਕਰ ਲੈਣਾ। ਅਤੇ ਫਿਰ ਜਿਹੜਾ ਆਪਣਾ ਨੱਕ ਦੀ ਜਿਹੜਾ ਪਲੜ ਨੂੰ ਹੋਲਡ ਕਰ ਦੇਣਾ, ਚੰਗੀ ਤਰ੍ਹਾਂ ਪਲੜ ਨੂੰ ਸੈੱਟ ਕਰਕੇ ਸਾਫ਼ ਕਰਕੇ
ਜਿਹੜੀ ਥੋੜ੍ਹੀ ਕੜਾਹੀ ਬਣਾਉਣੀ ਉਹਨੂੰ ਤੁਸੀਂ ਉਹਦੇ ਵਿੱਚ ਕੜਾਹੀ ਰੱਖ ਕੇ ਅਤੇ ਲੜ ਨੂੰ ਸੈੱਟ ਕਰਕੇ ਸੇਬ ਜਿਹੜੀ ਆਪਣੀ ਸੈੱਟ ਕਰਕੇ ਜਿਹੜਾ ਆਪਾਂ ਲੋਡ ਕਰਕੇ ਲਗਾ ਦੇਣਾ ਹੈ। ਨਾਲ ਯਾਰ ਬਾਕੀ ਪੱਤ ਜਿਹੜੀ ਆਪਾਂ ਸਾਡੀ ਕਰੀ ਜਾਣੀ ਆ। ਅਤੇ ਉਤਲੜਾ ਦਾ ਜਿਹੜਾ ਆਪਾਂ ਬਾਹਰ ਸੈੱਟ ਕਰ ਲੈਣਾ, ਤੁਸੀਂ ਉਤਲੜਾ ਦੀ ਸੈਟਿੰਗ ਕਰ ਲਈ, ਜਿਹੜਾ ਆਪਣਾ ਡਬਲ ਸ਼ੀਸ਼ਾ ਹੋਣਾ ਵਰਤ ਸਕਦੇ ਹੋ। ਜਿੱਥੇ ਆਪਾਂ ਪੰਜ ਵਾਲਾ ਫੋਲਡ ਕਰੀ ਉੱਥੋਂ ਜਿਹੜੇ ਆਪਾਂ ਬਾਲ ਨੂੰ ਖਿੱਚ ਕੇ ਫਿਰ ਜਿਹੜਾ ਆਪਾਂ ਕਲਗੀ ਲੜ ਲਗਾਉਣਾ, ਅੱਧਾ ਉੱਤੇ ਹੋ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜੀ ਉਹਦੀ, ਅਤੇ ਬੈਕ 'ਤੇ ਲੜ ਨੂੰ ਕੜਾਈ 'ਚ ਲੈ ਕੇ ਮੂਹਰੇ ਲੈ ਕੇ ਅੱਧੀ ਕੜਾਈ ਘਟਾ ਦੇਣੀ ਹੈ, ਅਤੇ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਅਤੇ ਉਦੋਂ ਬਰੀਕ ਦੇ ਬਰੀਕ ਵਾਲ ਕੱਢ ਕੇ ਜਿਹੜਾ ਲੜ ਨੂੰ ਜਿੰਨਾ ਆਪਾਂ ਪਹਿਲਾਂ ਅੱਖ 'ਤੇ ਰੱਖੇ ਉਹਨਾਂ ਆਪਾਂ ਲੜ ਨੂੰ ਅੱਖ 'ਤੇ ਰੱਖ ਕੇ ਅਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਜ ਨਾਲ ਕੱਢ ਕੇ ਫਿਰ ਪੱਗ ਪਿੰਦੇ ਥੱਲੇ ਰੱਖ ਕੇ ਆਪਾਂ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹੈ। ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿਵੇਂ ਜਿਵੇਂ ਉਹਦੀ ਚੜਾਈ ਰੱਖਣਾ ਚਾਹੁੰਦਾ ਤੁਸੀਂ ਉਹਨੀ ਉਹਦੀ ਚੜਾਈ ਰੱਖ ਕੇ ਅਤੇ ਜਿੰਨੇ ਉਹ 'ਚ ਵਾਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਫਿਰ ਜਿਹੜਾ ਪਲੜ ਨੂੰ ਉੱਤੇ ਦੱਬ ਲੈਣਾ ਹੈ। ਜੇ ਤੁਹਾਡਾ ਲੜ ਘੱਟ ਜਾਂਦਾ ਹੈ ਜਾਂ ਉੱਤੋਂ ਖਿਸਕੀ ਜਾਂਦਾ ਹੁੰਦਾ, ਤੁਸੀਂ ਇੱਕ ਜਾਂ ਦੋ ਪੱਗ ਪਿੰਜੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ। ਅਤੇ ਨਾਲ ਨਾਲ ਬਾਕੀ ਪਾ ਜਿਹੜੇ ਆਪਾਂ ਸੈਟਿੰਗ ਕਰੀ ਜਾਣੀ ਹੈ। ਅਤੇ ਫਿਰ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਪੈਰ ਦੀ ਸਿੱਧ ਸੈਂਟਰ 'ਚੋਂ ਉਹਨਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਬੁਲਾ ਕੇ ਅਤੇ ਜਿੱਥੋਂ ਵੀ ਤੁਸੀਂ ਗ੍ਰਹਿ ਦਾ ਉੱਥੋਂ ਡਬਲ ਦਿਸ਼ਾ ਦੇ ਕੇ ਅਤੇ ਚਾਰੋਂ ਉਂਗਲੀਆਂ ਜਿਹੜਾ ਆਪਾਂ ਸਿਰੋਂ ਦੱਬ ਕੇ ਬੈਗ ਦਾ ਲਗਾਉਣਾ, ਅੱਧਾ ਜੁੱਧ ਕੇ ਫੋਲਡ ਕਰਕੇ ਜਿਹੜਾ ਆਪਾਂ ਬੈਗ 'ਤੇ ਹੀ ਲੜ ਨੂੰ ਦੱਬ ਲੈਣਾ ਹੈ। ਅਤੇ ਜਲਦੀ ਹੀ ਨਿਬੜ ਲੈ ਕੇ ਆ ਜਾਂਦੇ ਹਾਂ। ਵੀਡੀਓ ਦੇਖਣ ਲਈ ਧੰਨਵਾਦ, ਅਤੇ ਵੀਡੀਓ ਲਾਈਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।